ਹਾਂਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਟੈਕ ਬਜ਼ਰ ਅਕੈਡਮੀ ਦੇ ਇਸ ਆਨਲਾਈਨ ਪਲੇਟਫਾਰਮ ਉੱਪਰ। ਮੈਂ ਸਾਜਨ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਬੱਚੇ। ਸੋ ਗਾਇਜ਼, ਜਲਦੀ ਜਲਦੀ ਐਡ ਹੋ ਜਾਓ ਤਾਂ ਜੋ ਅਸੀਂ ਸਾਡਾ ਅੱਜ ਦਾ ਜੋ ਸੈਸ਼ਨ ਹੈ ਉਸ ਨੂੰ ਕੰਟੀਨਿਊ ਕਰ ਸਕੀਏ। ਗੁੱਡ ਆਫਟਰਨੂਨ ਜੀ, ਸਾਰੇ ਬੱਚਿਆਂ ਨੂੰ ਗੁੱਡ ਆਫਟਰਨੂਨ, ਸਤਿ ਸ੍ਰੀ ਅਕਾਲ, ਰਾਮ ਰਾਮ। ਪੀਐਸ ਟੈਟ 2 ਦੇ ਨਾਲ ਰਿਲੇਟਡ ਇੰਡੀਅਨ ਹਿਸਟਰੀ ਦੀ ਬੱਚੇ ਸਾਡੀ ਇੱਕ ਸੀਰੀਅਸ ਚੱਲ ਰਹੀ ਹੈ, ਐਮਸੀਕਿਊ ਸੀਰੀਅਸ ਚੱਲ ਰਹੀ ਹੈ, ਜਿਹਦੇ ਵਿੱਚ ਅਸੀਂ ਇਸ ਤੋਂ ਪਹਿਲਾਂ 22 ਲੈਕਚਰ ਲਾ ਚੁੱਕੇ ਹਾਂ। ਅੱਜ ਦਾ ਜੋ ਸਾਡਾ ਸੈਸ਼ਨ ਰਹਿਣ ਵਾਲਾ ਹੈ ਉਹ 23 ਨੰਬਰ ਲੈਕਚਰ ਰਹਿਣ ਵਾਲਾ। ਬੱਚੇ ਕਿਸੇ ਪ੍ਰਕਾਰ ਦੀ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਉਹ ਆਪਣੇ ਅਕੈਡਮੀ ਦੇ ਨੰਬਰ 9750-500 ਤੇ ਕਾਲ ਕਰ ਸਕਦੇ ਹੋ, ਸਾਡੇ ਨਾਲ ਜੁੜ ਸਕਦੇ ਹੋ। ਹਾਂਜੀ, ਗੁੱਡ ਆਫਟਰਨੂਨ ਜੀ, ਸਾਰੇ ਬੱਚਿਆਂ ਨੂੰ ਗੁੱਡ ਆਫਟਰਨੂਨ, ਸਤਿ ਸ੍ਰੀ ਅਕਾਲ। ਜਲਦੀ ਜਲਦੀ ਐਡ ਹੋ ਜਾਓ ਬੱਚੇ ਤਾਂ ਜੋ ਅਸੀਂ ਸਾਡਾ ਅੱਜ ਦਾ ਜੋ ਸੈਸ਼ਨ ਹੈ ਉਸ ਨੂੰ ਕੰਟੀਨਿਊ ਕਰ ਸਕੀਏ। ਫਸਟ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਬੱਚੇ, ਅਸ਼ੋਕ ਦੇ ਸ਼ਿਲਾ ਲੇਖਾਂ ਨੂੰ ਸਭ ਤੋਂ ਪਹਿਲਾਂ ਕਿਸ ਨੇ ਪੜਿਆ? ਹੂ ਫਸਟ ਰੀਡ ਅਸ਼ੋਕਾ ਇਨਸਕ੍ਰਿਪਸ਼ਨਸ? ਵਿਲਹਰ ਨੇ ਪੜਿਆ, ਰੋਬਰਟ ਸੀਬਲ ਨੇ ਪੜਿਆ, ਜੇਮਸ ਪ੍ਰਿੰਸਪ ਨੇ ਪੜਿਆ, ਜਾਂ ਫਿਰ ਕੋਰਡੀ ਗਟਨ ਨੇ ਪੜਿਆ? ਕਰ ਦਿਓ ਕਮੈਂਟ ਬੱਚੇ, ਕੀ ਆਏਗਾ ਇਸਦਾ ਰਾਈਟ ਆਂਸਰ। ਜੋਤੀ ਜੀ, ਗੁੱਡ ਆਫਟਰਨੂਨ ਜੀ, ਕੋਰੀਅਰ ਜੀ, ਸਤਿ ਸ੍ਰੀ ਅਕਾਲ ਜੀ, ਕਰੋ ਕਮੈਂਟ ਬੱਚੇ, ਕੀ ਆਏਗਾ ਇਸਦਾ ਰਾਈਟ ਆਂਸਰ। ਅਸ਼ੋਕ ਦੇ ਸ਼ਿਲਾ ਲੇਖਾਂ ਨੂੰ, ਬਾਈ 14 ਸ਼ਿਲਾ ਲੇਖ ਮਿਲੇ ਨੇ, 7 ਸਾਨੂੰ ਛੋਟੇ ਲੇਖ ਮਿਲੇ ਨੇ, ਇਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਵੀ ਖੋਜਿਆ ਕਦੋਂ ਗਿਆ, ਤਾਂ ਜਿਹੜੀ ਖੋਜ ਸੀ ਨਾ ਉਹ 1750 ਦੇ ਵਿੱਚ, ਪੂਰੇ 1750 ਦੇ ਵਿੱਚ ਕਿਸਨੇ ਕੀਤੀ ਸੀਗੀ? ਤਾਂ ਅਸੀਂ ਕਹਿ ਸਕਦੇ ਹਾਂ ਟਫਨੀ ਟੈਲਰ ਨੇ ਕੀਤੀ ਸੀਗੀ। ਟਫਨੀ ਟੈਲਰ ਨੇ ਖੋਜ ਕਰ ਲਈ, ਉਸਨੂੰ ਨਹੀਂ ਪਤਾ ਸੀਗਾ ਮੈਂ ਕੀ ਖੋਜ ਲਿਆ, ਕਿਉਂਕਿ ਉਹ ਤਾਂ ਪੜ੍ਹ ਹੀ ਨਹੀਂ ਸਕਿਆ ਸੀਗਾ। ਇਸ ਤੋਂ ਬਾਅਦ 1838 ਦੇ ਵਿੱਚ ਬੱਚੇ ਜੇਮਸ ਪ੍ਰਿੰਸਪ ਨੇ ਕੀ ਕੀਤਾ ਸੀਗਾ, ਇੱਕ ਬ੍ਰਹਮੀ ਲਿਪੀ ਦੇ ਵਿੱਚ ਲਿਖੇ ਹੋਏ ਸ਼ਿਲਾ ਲੇਖ ਨੂੰ ਪੜ੍ਹਨ ਦੇ ਵਿੱਚ ਕੀ ਕੀਤੀ ਸੀ, ਹਾਂ 37 ਕਰ ਲਿਓ ਬਈ, 37 ਸੋਰੀ 1837 ਦੇ ਵਿੱਚ ਇਸਨੇ ਕੀ ਕੀਤਾ ਸੀਗਾ, ਇਸ ਨੂੰ ਪੜ੍ਹਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ। ਰੋਬਰਟ ਸੀਬਲ ਨਹੀਂ ਆਏਗਾ ਦਵਿੰਦਰ ਸਿੰਘ ਜੀ, ਸੀ ਆਪਸ਼ਨ। ਜੇਮਸ ਪ੍ਰਿੰਸਪ ਨੇ ਕੀ ਕੀਤਾ ਸੀਗਾ, ਜੇਮਸ ਪ੍ਰਿੰਸਪ ਨੇ ਬੱਚੇ ਇਹਨਾਂ ਸ਼ਿਲਾ ਲੇਖਾਂ ਨੂੰ ਜਿਹੜੇ ਭਾਰਤ ਦੇ ਮੇਬੀ ਦਿੱਲੀ ਦਾ ਜੋ ਟੋਪੜਾ ਅਭਿਲੇਖ ਸੀਗਾ ਉਸਨੂੰ ਪੜ੍ਹਨ ਦੇ ਵਿੱਚ ਇਸਨੂੰ ਸਫਲਤਾ ਮਿਲੀ ਸੀ, ਤੇ ਬ੍ਰਹਮੀ ਲਿਪੀ ਨੂੰ ਇਸਨੇ ਪੜ੍ਹ ਲਿਆ ਸੀਗਾ। ਸੀ ਆਪਸ਼ਨ ਸਾਡਾ ਕੀ ਰਹੇਗਾ, ਬਿਲਕੁਲ ਰਾਈਟ ਆਂਸਰ ਰਹੇਗਾ। ਜਿਹੜੇ ਬੱਚਿਆਂ ਨੇ ਵੀ ਸੀ ਆਪਸ਼ਨ ਦਿੱਤਾ ਹੈ ਬਿਲਕੁਲ ਰਾਈਟ ਹੈ। ਕੁਲਵਿੰਦਰ ਜੀ, ਗੁੱਡ ਆਫਟਰਨੂਨ ਜੀ। ਨੈਕਸਟ ਹੈ ਜੀ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਬਹੁਤ ਇੰਟਰਸਟਿੰਗ ਕੁਐਸਚਨ ਹੈ। ਨਾਗਰ ਸ਼ੈਲੀ ਵਸਤੂ ਕਲਾ ਨਾਲ ਬਣਾਇਆ ਗਿਆ ਕਿਹੜਾ ਪ੍ਰਸਿੱਧ ਮੰਦਿਰ ਆਪਣੀ ਕਾਮਕ ਮੂਰਤੀਆਂ ਦੇ ਲਈ ਪ੍ਰਸਿੱਧ ਹੈ? ਬਾਈ ਨਾਗਰ ਸ਼ੈਲੀ ਦੇ ਵਿੱਚ ਇਹ ਬਣਿਆ ਤੇ ਕਾਮਕ ਮੂਰਤੀਆਂ ਇਹਦੇ ਉੱਪਰ ਦਰਸਾਈਆਂ ਗਈਆਂ ਨੇ। ਵਿਚ ਫੇਮਸ ਟੈਂਪਲ ਮੇਡ ਦਾ ਨਾਗਰ ਸਟਾਈਲ ਆਰਟ ਵਰਕ ਇਸ ਦਾ ਫੇਮਸ ਫੋਰ ਇਟਸ ਕਲਰਫੁਲ ਸਕਲਪਚਰਸ? ਬਈ ਅਸਲ ਦੇ ਵਿੱਚ ਕਾਮਕ ਮੂਰਤੀਆਂ ਤਾਂ ਬਈ ਇਸਦੇ ਉੱਪਰ ਦਿਖਾਈਆਂ ਗਈਆਂ ਨੇ, ਕਿਹੜਾ ਹੈ? ਖੁਜਰਾਓ ਦੇ ਮੰਦਿਰ ਨੇ, ਸੋਮਨਾਥ ਮੰਦਿਰ ਹੈ, ਹਿੰਪੀ ਮੰਦਿਰ ਹੈ, ਜਾਂ ਫਿਰ ਮੀਨਾਕਸ਼ੀ ਮੰਦਿਰ ਹੈ? ਕਰ ਦਿਓ ਵੀ ਕਮੈਂਟ, ਕਰ ਦਿਓ ਕੀ ਆਏਗਾ ਇਸਦਾ ਰਾਈਟ ਆਂਸਰ। ਸਭ ਤੋਂ ਪਹਿਲਾਂ ਤਾਂ ਇਹ ਸਮਝੋ ਵੀ ਨਾਗਰ ਸ਼ੈਲੀ ਕੀ ਹੁੰਦੀ ਹੈ। ਨਾਗਰ ਸ਼ੈਲੀ ਦੇ ਵਿੱਚ ਬੱਚੇ ਸਭ ਤੋਂ ਪਹਿਲਾਂ ਤਾਂ ਇੱਕ ਅਹਾਤਾ ਹੁੰਦਾ ਹੈ, ਜਿਹੜਾ ਕੀ ਕਹਿ ਸਕਦੇ ਹਾਂ, ਖੁਜਰਾਓ। ਬਿਲਕੁਲ ਜੀ ਬਿਲਕੁਲ, ਤਾਂ ਇਸ ਦੇ ਪਿੱਛੇ ਸਭ ਤੋਂ ਵੱਡਾ ਮੰਦਿਰ ਹੋਏਗਾ, ਤਿੱਖੇ ਮੰਦਿਰ ਹੋਣਗੇ, ਠੀਕ ਹੈ। ਤਿੰਨ ਭਾਗਾਂ ਦੇ ਵਿੱਚ ਮੰਦਿਰ ਨੂੰ ਵੰਡਿਆ ਜਾਂਦਾ ਹੈ, ਕਿੰਨੇ ਭਾਗਾਂ ਦੇ ਵਿੱਚ ਮੰਦਿਰ ਨੂੰ ਵੰਡਿਆ ਜਾਂਦਾ ਹੈ,
ਤਿੰਨ ਭਾਗਾਂ ਦੇ ਵਿੱਚ ਮੰਦਰ ਨੂੰ ਵੰਡਿਆ ਜਾਂਦਾ ਹੈ। ਤਿੰਨ ਭਾਗਾਂ ਦੇ ਵਿੱਚ ਮੰਦਰ ਨੂੰ ਵੰਡ ਕੇ ਕੀ ਕੀਤਾ ਜਾਂਦਾ ਹੈ, ਇਸ ਨੂੰ ਦਿਖਾਇਆ ਗਿਆ। ਇਹ ਬਈ ਟੇਢੀ ਸ਼ੇਪ ਹੈ, ਇਧਰੋਂ ਇਸਦਾ ਗੋਪੁਰਮ ਹੋਏਗਾ, ਇੰਟਰ ਕੀਤਾ ਜਾਏਗਾ ਤੇ ਇਹਦੇ ਉੱਪਰ ਕੀ ਬਣੀਆਂ ਹੋਈਆਂ, ਕਾਮੁਕ ਮੂਰਤੀਆਂ ਬਣੀਆਂ ਹੋਈਆਂ, ਜਿਹੜਾ ਆਪਾਂ ਕਹਿ ਸਕਦੇ ਹਾਂ ਕਿਹੜਾ ਉਹ ਸ਼ਸਤਰ ਹੈ, ਉਸਦੇ ਨਾਲ ਰਿਲੇਟਡ ਬਹੁਤ ਸਾਰੀਆਂ ਮੂਰਤੀਆਂ ਜਿਹੜੀਆਂ ਹੈ ਇਸ ਦੇ ਉੱਪਰ ਦਰਸਾਈਆਂ ਗਈਆਂ ਨੇ ਬੱਚੇ। ਤਾਂ ਕੀ ਆਏਗਾ ਇਸਦਾ ਰਾਈਟ ਆਨਸਰ, ਇਹ ਆਪਸ਼ਨ ਸਾਡਾ ਕਾਮਾ ਸੂਤਰਾ ਦੇ ਨਾਲ ਰਿਲੇਟਡ ਬੱਚੇ, ਕਾਮਾ ਸੂਤਰਾ ਜਿਹੜਾ ਹੈ ਉਸਦੇ ਨਾਲ ਰਿਲੇਟਡ ਇਸਦੇ ਉੱਪਰ ਕੀ ਦਰਸਾਈਆਂ ਗਈਆਂ ਨੇ, ਮੂਰਤੀਆਂ ਦਰਸਾਈਆਂ ਗਈਆਂ ਨੇ। ਇਹ ਆਪਸ਼ਨ ਸਾਡਾ ਕੀ ਰਹੇਗਾ, ਬਿਲਕੁਲ ਰਾਈਟ ਆਨਸਰ ਰਹੇਗਾ, ਇਹ ਆਪਸ਼ਨ ਇਸ ਦਾ ਰਾਈਟ ਆਨਸਰ। ਬਾਈ ਭਾਰਤ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਸਾਡੇ ਏਸ਼ੀਅੰਟ ਹਿਸਟਰੀ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀਆਂ ਹੈ, ਠੀਕ ਹੈ। ਕਿਉਂਕਿ ਦੇਖੋ ਇਸ ਮੰਦਰ ਦਾ ਮਤਲਬ ਇਹ ਨਹੀਂ ਹੈ ਕਾਮੁਕਤਾ ਦਿਖਾਈ ਗਈ ਹੈ, ਇਸ ਮੰਦਰ ਦਾ ਜੋ ਰੀਜਨਲ ਮੀਨਿੰਗ ਦੱਸਿਆ ਗਿਆ ਹੈ ਉਹ ਕਿਤੇ ਨਾ ਕਿਤੇ ਇੱਥੇ ਵਿਆਖਿਆ ਵੀ ਕੀਤੀ ਗਈ ਹੈ ਕਿ ਤੁਹਾਡਾ ਜਿਹੜਾ ਬਾਹਰੀ ਜੀਵਨ ਹੈ ਨਾ ਉਹ ਕਿਤੇ ਨਾ ਕਿਤੇ ਕਾਮੁਕਤਾ ਭਰਿਆ ਹੋ ਸਕਦਾ ਹੈ, ਅੰਦਰੋਂ ਤੁਸੀਂ ਕੀ ਹੋਣੇ ਚਾਹੀਦੇ ਹੋ, ਪੂਰਨਤਾ ਰੂਪ ਦੇ ਵਿੱਚ ਸਪਿਰਚੁਅਲ ਹੋਣੇ ਚਾਹੀਦੇ ਹੋ। ਕਦੇ ਨਾ ਕਦੇ ਤੁਹਾਨੂੰ ਅੰਦਰੂਨੀ ਜਿਹੜੀ ਹੈ ਜਿਹੜੀ ਧਾਰਮਿਕਤਾ ਹੈ ਉਹ ਹੀ ਕਿਤੇ ਨਾ ਕਿਤੇ ਕੰਮ ਕਰੇਗੀ। ਇਹ ਕੀ ਹੈ ਬੱਚੇ, ਇਹ ਕਿਤੇ ਨਾ ਕਿਤੇ ਸਾਨੂੰ ਚੀਜ਼ ਦਿਖਾਈ ਗਈ ਹੈ, ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਬੱਚੇ ਸਾਡਾ, ਬਾਈ ਟੈਟ ਬਜ਼ਰ ਅਕੈਡਮੀ ਤੁਹਾਡੇ ਲਈ ਬੈਚ ਨੰਬਰ 7 ਜਿਹੜਾ ਹੈ ਬੱਚੇ ਲੈ ਕੇ ਆਈ ਹੈ, ਆਨਲਾਈਨ ਕੋਚਿੰਗ ਅਵੇਲੇਬਲ ਹੈ ਇਸੇ 26 ਫੈਬ ਤੋਂ ਬਾਈ, ਭਾਵ ਇਸੇ ਮੰਡੇ ਤੋਂ ਆਪਣਾ ਬੈਚ ਸਟਾਰਟ ਹੋਇਆ। ਕਿਸੇ ਪ੍ਰਕਾਰ ਦੀ ਕੋਈ ਵੀ ਜਾਣਕਾਰੀ ਲੈਣੀ ਹੈ 9750-500 ਤੇ ਸਾਨੂੰ ਕਾਲ ਕਰ ਸਕਦੇ ਹੋ। ਬਾਈ ਪੀਐਸ ਟੈਟ ਆਪਣੀ ਅਕੈਡਮੀ ਦਾ ਰਿਜ਼ਲਟ ਹੈ ਜਿਹੜਾ ਉਹ ਬੋਲਦਾ ਹੈ, ਪੀਐਸ ਟੈਟ 2021 ਦੇ ਵਿੱਚ ਫਸਟ ਟਾਈਮ ਸੀਗਾ, ਉਸ ਟਾਈਮ 150 ਤੋਂ ਪਲੱਸ ਬੱਚਿਆਂ ਨੇ ਟੈਟ ਕਲੀਅਰ ਕੀਤਾ। 2023 ਦੇ ਵਿੱਚ ਬੱਚੇ 500 ਤੋਂ ਪਲੱਸ ਜਿਹੜੇ ਸਟੂਡੈਂਟ ਸੀ ਜਿਨ੍ਹਾਂ ਨੇ ਕੀ ਕੀਤਾ ਸੀਗਾ, ਪਾਸ ਕੀਤਾ ਸੀ ਪੇਪਰ। ਨੈਕਸਟ ਕੁਐਸਚਨ ਹੈ ਜੀ, ਕਿਹੜਾ ਮੁਗਲ ਬਾਦਸ਼ਾਹ ਰੰਗੀਲਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਵਿੱਚ ਮੁਗਲ ਐਮਪਰਰ ਇਜ਼ ਨਾਉਨ ਦਾ ਰੰਗੀਲਾ। ਬਾਈ ਕਿਹੜੇ ਨੂੰ ਜਾਣਿਆ ਜਾਂਦਾ ਹੈ, ਫਰੂਕਸੀਅਰ। ਫਰੂਕਸੀਅਰ ਕਦੋਂ ਤੋਂ ਕਦੋਂ ਤੱਕ ਸੀਗਾ, ਤਾਂ ਆਪਾਂ ਕਹਿ ਸਕਦੇ ਹਾਂ 1713 ਤੋਂ ਲੈ ਕੇ ਮੇਬੀ 19 ਤੱਕ ਸੀਗਾ, ਠੀਕ ਹੈ। ਰਫੀ ਉਦ ਜਾਤ 1719 ਦੇ ਵਿੱਚ ਹੀ ਸੀਗਾ, ਠੀਕ ਹੈ। ਰਫੀ ਉਦ ਦੌਲਾ ਵੀ 1719 ਦੇ ਵਿੱਚ ਸੀ, ਦੋਨੇ ਤਪੈਦਿਕ ਦੇ ਮਰੀਜ਼ ਸੀਗੇ, ਟੀਬੀ ਸੀ ਜੀ, ਦੋਨਾਂ ਦੀ ਮੌਤ 19 ਦੇ ਵਿੱਚ ਹੋ ਜਾਂਦੀ ਹੈ। ਮੁਹੰਮਦ ਸ਼ਾਹ ਰੰਗੀਲਾ ਬੱਚੇ 1719 ਤੋਂ ਲੈ ਕੇ 48 ਤੱਕ ਵਰਕ ਕਰਦਾ ਹੈ, ਠੀਕ ਹੈ। ਇਸ ਨੂੰ ਕੀ ਕਹਿ ਜਾਂਦਾ ਹੈ, ਇਸ ਨੂੰ ਰੰਗੀਲਾ ਬਾਦਸ਼ਾਹ ਕਿਹਾ ਜਾਂਦਾ ਹੈ। ਕਾਰਨ ਕੀ ਸੀਗਾ, ਕਾਰਨ ਇਹ ਸੀਗਾ ਕਿ ਇਹ ਬੜਾ ਹੀ ਮਿਜਾਜੀ ਤੌਰ ਦਾ ਵਿਅਕਤੀ ਸੀਗਾ, ਠੀਕ ਹੈ। ਕੀ ਸੀਗਾ, ਬਹੁਤ ਜ਼ਿਆਦਾ ਮਿਜਾਜੀ ਸੀਗਾ। ਮਿਜਾਜੀ ਕਿਵੇਂ ਸੀਗਾ, ਕਈ ਵਾਰ ਤਾਂ ਇਵੇਂ ਹੁੰਦਾ ਸੀਗਾ ਕਿ ਜਿੰਦਾਬਾਦ ਹੀ ਕਿੱਥੇ ਆ ਜਾਂਦਾ ਸੀਗਾ, ਦਰਬਾਰ ਦੇ ਵਿੱਚ ਆ ਜਾਂਦਾ ਸੀ। ਜਿੰਦਾਬਾਦ ਤੋਂ ਭਾਵ ਕੀ ਸੀਗਾ, ਨੰਗਾ ਹੀ ਦਰਬਾਰ ਦੇ ਵਿੱਚ ਆ ਜਾਂਦਾ ਸੀਗਾ। ਰਾਜਾ ਸੀਗਾ, ਰਾਜਾ ਨੂੰ ਕਹਿਣ ਵਾਲਾ ਕੌਣ ਹੁੰਦਾ ਹੈ। ਤਾਂ ਕਿਤੇ ਨਾ ਕਿਤੇ ਇੱਕ ਦਿਨ ਕਿਸੇ ਮੰਤਰੀ ਸ਼ੰਤਰੀ ਨੇ ਕੀ ਕਹਿਤਾ ਸੀਗਾ, ਮੰਤਰੀ ਨੇ ਕਹਿਤਾ, ਸਾਹਿਬ ਥੋੜੀ ਬਹੁਤੀ ਤਾਂ ਸ਼ਰਮ ਕਰਿਆ ਕਰੋ, ਅੱਜ ਤਾਂ ਤੁਸੀਂ ਜਮਾਂ ਹੀ ਆ ਗਏ ਹੋ, ਜਿੰਦਾਬਾਦ ਹੀ ਆ ਗਏ ਹੋ। ਕਹਿੰਦਾ, ਕਿਵੇਂ, ਮੈਂ ਨੰਗਾ ਆ ਗਿਆ। ਕਹਿੰਦਾ, ਸਾਰੇ ਕੱਪੜੇ ਤਾਰੋ। ਕਹਿੰਦਾ, ਕਿਉਂ। ਕਹਿੰਦਾ, ਅੱਜ ਦਾ ਡਰੈਸ ਕੋਡ ਇਹੀ ਹੈ। ਤਾਂ ਬਾਈ ਇਸ ਨੂੰ ਕੋਈ ਕਹਿੰਦਾ ਵੀ ਨਹੀਂ ਹੁੰਦਾ ਸੀਗਾ। ਹਾਂ, ਉਰਦੂ ਨੂੰ ਸਰਪ੍ਰਸਤੀ ਵੀ ਇਸਨੇ ਦਿੱਤੀ ਸੀ। ਇੱਕ ਕੰਮ ਇਸਨੇ ਬਹੁਤ ਅੱਛਾ ਕੀਤਾ ਸੀਗਾ, ਜਜ਼ੀਆ ਕਰ ਨੂੰ ਪਰਮਾਨੈਂਟ ਖਤਮ ਕਰਨ ਦਾ ਕੰਮ ਜੇਕਰ ਕਿਸੇ ਨੇ ਕੀਤਾ ਸੀਗਾ, ਇਸੇ ਮੁਹੰਮਦ ਸ਼ਾਹ ਰੰਗੀਲਾ ਨੇ ਕੀਤਾ ਸੀ ਬੱਚੇ, ਠੀਕ ਹੈ। ਸੀ ਆਪਸ਼ਨ ਸਾਡਾ ਕੀ ਰਹੇਗਾ, ਬਿਲਕੁਲ ਕਰੈਕਟ ਆਨਸਰ ਰਹੇਗਾ,
ਸੀ ਆਪਸ਼ਨ ਇਜ਼ ਦਾ ਰਾਈਟ ਆਨਸਰ ਸੀ ਆਪਸ਼ਨ ਹਾਂ ਵੀ ਜਿੰਦਾਬਾਦ ਮਤਲਬ ਕਿ ਬਿਲਕੁਲ ਆ ਜਾਂਦਾ ਹੁੰਦਾ ਸੀਗਾ ਬਸ ਕਿਸੇ ਨੇ ਪੁੱਛਿਆ ਸਾਹਿਬ ਨੀਚੇ ਤੋਂ ਦੇਖੋ ਕਹਿੰਦਾ ਅੱਜ ਦਾ ਡਰੈਸ ਕੋਡ ਇਹੀ ਹੈ ਨੈਕਸਟ ਹੈ ਜੀ ਭਾਰਤ ਦੇ ਕਿਸ ਗਵਰਨਰ ਜਨਰਲ ਨੇ 1772 ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਦੋ ਅਦਾਲਤਾਂ ਦਾ ਨਿਰਮਾਣ ਕੀਤਾ ਜਿਸ ਦਾ ਭਾਵ ਇੱਕ ਫੌਜਦਾਰੀ ਅਦਾਲਤ ਦੂਸਰੀ ਦੀਵਾਨੀ ਅਦਾਲਤ ਸੀ ਵਿੱਚ ਗਵਰਨਰ ਜਨਰਲ ਆਫ ਇੰਡੀਆ 1772 ਕ੍ਰੀਏਟਡ ਦਾ ਟੂ ਕੋਰਟਸ ਇਨ ਈਚ ਡਿਸਟ੍ਰਿਕਟ ਵਨ ਦਾ ਕ੍ਰਿਮੀਨਲ ਐਂਡ ਦਾ ਸੈਕਿੰਡ ਦਾ ਸਿਵਲ ਕੋਰਟ ਲਾਰਡ ਡਲਹੌਜ਼ੀ ਨੇ ਕੀਤਾ ਵਾਰਨ ਹੈਂਸਟਿੰਗ ਨੇ ਕੀਤਾ ਰਿਚਰਡ ਵੇਵਲ ਨੇ ਕੀਤਾ ਰੋਬਰਟ ਕਲਾਈਵ ਨੇ ਕੀਤਾ ਤਾਂ ਬਾਈ ਕਿਸ ਨੇ ਕੀਤਾ ਸੀਗਾ ਜਲਦੀ ਜਲਦੀ ਕਮੈਂਟ ਕਰਕੇ ਦੱਸ ਦਿਓ ਵੈਲਜਲੀ ਜਿਹੜਾ ਸੀਗਾ ਇਹ ਤਾਂ ਮੇਬੀ ਬਹੁਤ ਪਹਿਲਾਂ 1798 ਤੋਂ ਲੈ ਕੇ 1808 ਤੱਕ ਮੇਬੀ ਕੰਮ ਕਰਦਾ ਅੱਠ ਤੱਕ ਕਿ ਪੰਜ ਤੱਕ ਕਰਦਾ ਠੀਕ ਹੈ ਇੱਥੇ 1772 ਦੇ ਵਿੱਚ ਕੌਣ ਆਉਂਦਾ ਹੈ ਜਿਹੜਾ ਕਿ ਕਿਤੇ ਨਾ ਕਿਤੇ ਦੋਹਰੀ ਸ਼ਾਸਨ ਪ੍ਰਣਾਲੀ ਵੀ ਨੂੰ ਵੀ ਕੀ ਕਰਦਾ 1772 ਤੋਂ ਲੈ ਕੇ ਆਪਾਂ ਕਹਿ ਸਕਦੇ ਹਾਂ 1772 ਤੋਂ ਲੈ ਕੇ 1785 ਤੱਕ ਕੌਣ ਕੰਮ ਕਰਦਾ ਵਾਰਨ ਹੈਂਸਟਿੰਗ ਕੰਮ ਕਰਦਾ ਬੱਚੇ ਦੋਹਰਾ ਸ਼ਾਸਨ ਪ੍ਰਣਾਲੀ ਨੂੰ ਖਤਮ ਕਰਨ ਦਾ ਸ਼੍ਰੇ ਵੀ ਕਿਸ ਨੂੰ ਜਾਂਦਾ ਹੈ ਇਸੇ ਨੂੰ ਜਾਂਦਾ ਹੈ ਬੀ ਆਪਸ਼ਨ ਸਾਡਾ ਕੀ ਰਹੇਗਾ ਬਿਲਕੁਲ ਰਾਈਟ ਆਨਸਰ ਠੀਕ ਹੈ ਜੀ ਬੀ ਆਪਸ਼ਨ ਸਾਡਾ ਕੀ ਰਹੇਗਾ ਜਿਹੜੇ ਬੱਚਿਆਂ ਨੇ ਵੀ ਬੀ ਦਿੱਤਾ ਸੀ ਨਹੀਂ ਆਏਗਾ ਬਈ ਪ੍ਰਿਯੰਕਾ ਕੰਬੋਜ ਜੀ ਵੇਵਲ ਨਹੀਂ ਆਏਗਾ ਨੋ 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 ਬੀ ਆਪਸ਼ਨ ਸਾਡਾ ਕੀ ਰਹੇਗਾ ਰਾਈਟ ਆਨਸਰ ਰਹੇਗਾ ਠੀਕ ਹੈ ਨੈਕਸਟ ਕੁਸ਼ਚਨ ਹੈ ਜੀ ਰਾਸ਼ਟਰੀ ਯੋਜਨਾ ਕਮੇਟੀ ਦਾ ਗਠਨ ਕੀਤਾ ਕਿਸਨੇ ਕੀਤਾ ਹੂ ਕੰਸੀਡਰਡ ਦਾ ਨੈਸ਼ਨਲ ਪਲੈਨਿੰਗ ਕਮੇਟੀ ਜਵਾਹਰ ਲਾਲ ਨਹਿਰੂ ਨੇ ਕੀਤਾ ਏ ਦਲਾਲ ਨੇ ਕੀਤਾ ਸੁਭਾਸ਼ ਚੰਦਰ ਬੋਸ ਜੀ ਨੇ ਕੀਤਾ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਲਾਲ ਬਹਾਦਰ ਸ਼ਾਸਤਰੀ ਜੀ ਦੇ ਦੁਆਰਾ ਇਸ ਨੂੰ ਕੀ ਕੀਤਾ ਗਿਆ ਸੀਗਾ ਰਾਸ਼ਟਰੀ ਯੋਜਨਾ ਕਮੇਟੀ ਦੀ ਸਥਾਪਨਾ ਕੀਤੀ ਗਈ ਸੀ ਕਰ ਦਿਓ ਵੀ ਕਮੈਂਟ ਕੀ ਆਏਗਾ ਇਸ ਦਾ ਰਾਈਟ ਆਨਸਰ 1938 ਦੇ ਵਿੱਚ ਕੀਤਾ ਗਿਆ ਸੀਗਾ ਕਦੋਂ ਕੀਤਾ ਗਿਆ ਸੀਗਾ 1938 ਦੇ ਵਿੱਚ ਬੱਚੇ ਇਸ ਦੀ ਕੀ ਕੀਤੀ ਗਈ ਸੀਗੀ ਸਥਾਪਨਾ ਕੀਤੀ ਗਈ ਸੀ ਬਾਈ ਜਵਾਹਰ ਲਾਲ ਨਹਿਰੂ ਤਾਂ ਨਹੀਂ ਆਏਗਾ ਇਸ ਦਾ ਨੋ 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 ਜਿਹੜੇ ਬੱਚੇ ਇਹ ਆਪਸ਼ਨ ਦੇ ਰਹੇ ਹੈ ਇਹ ਆਪਸ਼ਨ ਇਸਦਾ ਰਾਈਟ ਆਨਸਰ ਨਹੀਂ ਹੈ ਜਵਾਹਰ ਲਾਲ ਨਹਿਰੂ ਨਹੀਂ ਆਏਗਾ ਬਾਈ ਇਹ ਜਿਹੜੇ ਬੱਚੇ ਵੀ ਇਹ ਆਪਸ਼ਨ ਦੇ ਰਹੇ ਹੈ ਨਾ ਰਾਸ਼ਟਰੀ ਯੋਜਨਾ ਕਮੇਟੀ ਦਾ ਗਠਨ ਜਵਾਹਰ ਲਾਲ ਨਹਿਰੂ ਨੇ ਕੀਤਾ ਤਾਂ ਗਲਤ ਹੈ ਬਈ ਉਹਨਾਂ ਦਾ ਫਸਟ ਹੈਡ ਕਹਿ ਸਕਦੇ ਹਾਂ ਪਰ ਕਮੇਟੀ ਦੀ ਜਿਹੜੀ ਸਥਾਪਨਾ ਕੀਤੀ ਸੀਗੀ ਉਹ ਕਿੰਨਾ ਨੇ ਕੀਤੀ ਸੀਗੀ ਰਿੰਪਾ ਰਾਣੀ ਜੀ ਕਹਿ ਰਹੇ ਨੇ ਕਿ ਐਸ ਸੀ ਬੋਸ ਨੇ ਕੀਤੀ ਸੀ ਕਰੋ ਵੀ ਬਾਕੀ ਵੀ ਬੱਚੇ ਕਰੋ ਸੁਭਾਸ਼ ਚੰਦਰ ਬੋਸ ਕਹਿ ਰਹੇ ਨੇ ਕਰੋ ਵੀ ਕਰੋ ਕਮੈਂਟ ਕਰੋ ਕੀ ਆਏਗਾ ਇਸਦਾ ਰਾਈਟ ਆਨਸਰ ਤਾਂ ਬਾਈ ਸੀ ਆਪਸ਼ਨ ਜਿਹੜੇ ਬੱਚਿਆਂ ਨੇ ਵੀ ਆਨਸਰ ਦਿੱਤਾ ਹੈ ਉਹ ਕੀ ਰਹੇਗਾ ਬਿਲਕੁਲ ਰਾਈਟ ਆਨਸਰ ਰਹੇਗਾ ਸੀ ਆਪਸ਼ਨ ਇਸ ਦਾ ਰਾਈਟ ਆਨਸਰ ਜਿਹੜੇ ਬੱਚਿਆਂ ਨੇ ਹਜੇ ਤੱਕ ਕਲਾਸ ਨੂੰ ਲਾਈਕ ਨਹੀਂ ਕੀਤਾ ਲਾਈਕ ਜ਼ਰੂਰ ਕਰ ਦਿਓ ਨੈਕਸਟ ਹੈ ਰਾਮਾਨੁਜ ਨੇ ਜ਼ੋਰ ਦਿੱਤਾ ਰਾਮਾਨੁਜ ਇੰਪੋਜ਼ਡ ਭਗਤੀ ਤੇ ਦਿੱਤਾ ਮੁਕਤੀ ਤੇ ਦਿੱਤਾ ਧਰਮ ਤੇ ਦਿੱਤਾ ਜਾਂ ਫਿਰ ਕਰਮ ਤੇ ਦਿੱਤਾ ਵੀ ਨਹੀਂ ਆਏਗਾ ਬਈ ਮੇਬੀ ਨਹੀਂ ਨਹਿਰੂ ਤੇ ਬੋਸ ਦੋਨੇ ਹੀ ਸੀਗੇ ਬੋਸ ਦੇ ਦੁਆਰਾ ਇਸ ਦੀ ਸਥਾਪਨਾ ਜਿਹੜੀ ਸੀਗੀ ਕੀਤੀ ਗਈ ਸੀਗੀ ਕਰੋ ਵੀ ਕਮੈਂਟ ਰਾਮਾਨੁਜ ਬਾਰਵੀਂ ਸ਼ਤਾਬਦੀ ਮੇਬੀ ਬਾਰਵੀਂ ਸ਼ਤਾਬਦੀ ਦੇ ਵਿੱਚ ਹੀ ਸੀਗੇ ਰਾਮਾਨੁਜ ਨੇ ਕਾਸ ਤੇ ਜ਼ੋਰ ਦਿੱਤਾ ਸੀ ਵੀ ਕਰ ਦਿਓ ਕਮੈਂਟ ਕੀ ਆਏਗਾ ਇਸਦਾ ਰਾਈਟ ਆਨਸਰ ਤਾਂ ਬਾਈ ਭਗਤੀ ਅੰਦੋਲਨ ਦੇ ਸਤਿ ਸ੍ਰੀ ਅਕਾਲ ਜੀ ਇਹ ਆਪਸ਼ਨ ਸਾਡਾ ਕੀ ਰਹੇਗਾ ਬਿਲਕੁਲ ਰਾਈਟ ਆਨਸਰ ਰਹੇਗਾ ਬਿਲਕੁਲ ਜੀ ਬਿਲਕੁਲ ਇਹ ਆਪਸ਼ਨ ਸਾਡਾ ਕੀ ਰਹਿਣ ਵਾਲਾ ਹੈ
ਬਿਲਕੁਲ ਰਾਈਟ ਆਨਸਰ ਰਹਿਣ ਵਾਲਾ ਹੈ। ਜਿਹੜੇ ਬੱਚਿਆਂ ਨੇ ਵੀ ਇਹ ਆਪਸ਼ਨ ਦਿੱਤਾ ਹੈ ਉਹਨਾਂ ਦਾ ਕੀ ਰਹੇਗਾ ਬਈ? ਬਿਲਕੁਲ ਰਾਈਟ ਆਨਸਰ ਰਹੇਗਾ। ਨੈਕਸਟ ਕੁਐਸਚਨ ਹੈ ਜੀ, ਕੂਕਾ ਵਿਦਰੋਹ ਕਿੱਥੇ ਹੋਇਆ? ਵੇਅਰ ਡਿਡ ਦਾ ਕੂਕਾ ਰਿਬੈਲੀਅਨ ਟੇਕ ਪਲੇਸ? ਪੰਜਾਬ ਦੇ ਵਿੱਚ ਹੋਇਆ, ਰਾਜਸਥਾਨ ਦੇ ਵਿੱਚ ਹੋਇਆ, ਅਵਦਾਸ ਦੇ ਵਿੱਚ ਹੋਇਆ ਜਾਂ ਫਿਰ ਬੰਗਾਲ ਦੇ ਵਿੱਚ ਹੋਇਆ? ਬਾਈ ਕੂਕਾ ਵਿਦਰੋਹ 1857 ਦੇ ਵਿੱਚ, ਜਿੱਥੇ ਭਾਰਤ ਦੇ ਪੂਰੇ ਭਾਰਤ ਦੇ ਵਿੱਚ 1857 ਦਾ ਵਿਦਰੋਹ ਚੱਲ ਰਿਹਾ ਸੀਗਾ, ਉਸੇ ਸਮੇਂ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਸੀਗਾ ਬੱਚੇ? ਕੂਕਾ ਵਿਦਰੋਹ ਚੱਲ ਰਿਹਾ ਸੀਗਾ। ਇਹ ਆਪਸ਼ਨ ਸਾਡਾ ਕੀ ਰਹੇਗਾ? ਬਿਲਕੁਲ ਰਾਈਟ ਆਨਸਰ ਰਹੇਗਾ। ਇਹ ਆਪਸ਼ਨ ਸਾਡਾ ਕੀ ਰਹਿਣ ਵਾਲਾ ਹੈ? ਬਿਲਕੁਲ ਰਾਈਟ ਆਨਸਰ ਰਹਿਣ ਵਾਲਾ ਹੈ। ਜਿਹੜੇ ਬੱਚਿਆਂ ਨੇ ਵੀ ਇਹ ਆਪਸ਼ਨ ਦਿੱਤਾ ਹੈ ਉਹ ਕੀ ਹੈ ਵੀ? ਬਿਲਕੁਲ ਰਾਈਟ ਆਨਸਰ ਹੈ। ਨੈਕਸਟ ਹੈ ਜੀ, ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਸੈਸ਼ਨ ਕਿੱਥੇ ਆਯੋਜਿਤ ਕੀਤਾ ਗਿਆ? ਵੇਅਰ ਵਾਸ ਦਾ ਫਸਟ ਸੈਸ਼ਨ ਆਫ ਦਾ ਇੰਡੀਅਨ ਨੈਸ਼ਨਲ ਕਾਂਗਰਸ? ਲਖਨਊ ਦੇ ਵਿੱਚ ਕੀਤਾ ਗਿਆ, ਕੋਲਕਾਤਾ ਦੇ ਵਿੱਚ, ਮੁੰਬਈ ਦੇ ਵਿੱਚ, ਮਦਰਾਸ ਦੇ ਵਿੱਚ? ਬਿਲਕੁਲ ਜੀ ਬਿਲਕੁਲ ਬਾਬਾ ਰਾਮ ਸਿੰਘ ਜੀ, ਕਰੋ ਕਮੈਂਟ ਬੱਚੇ ਕੀ ਆਏਗਾ ਇਸਦਾ ਰਾਈਟ ਆਨਸਰ। ਭਾਰਤੀ ਰਾਸ਼ਟਰੀ ਕਾਂਗਰਸ ਦਾ ਦੇਖੋ ਪਹਿਲਾਂ ਇਹ ਵਾਲਾ ਸੈਸ਼ਨ ਕਿੱਥੇ ਹੋਣਾ ਸੀਗਾ? ਪੂਨਾ ਦੇ ਵਿੱਚ ਹੋਣਾ ਸੀਗਾ। ਪੂਨਾ ਦੇ ਵਿੱਚ ਕੀ ਹੋ ਗਿਆ? ਹੈਜਾ ਫੈਲ ਗਿਆ ਬੱਚੇ, ਤੇ ਇੱਕ ਉੱਥੇ ਕੁਛ ਨਾ ਕੁਛ ਹੋਇਆ ਸੀਗਾ। ਇਸੇ ਕਰਕੇ 28 ਦਸੰਬਰ 1885 ਨੂੰ ਗੋਕੁਲਦਾਸ ਤੇਜਪਾਲ ਸੰਸਕ੍ਰਿਤ ਕਾਲਜ ਜਾਂ ਫਿਰ ਸੰਸਕ੍ਰਿਤ ਸਕੂਲ ਦੇ ਵਿੱਚ ਕੀ ਕੀਤਾ ਗਿਆ ਸੀਗਾ? ਮੁੰਬਈ ਦੇ ਵਿੱਚ ਕੀ ਕੀਤਾ ਗਿਆ ਬਈ? 5 ਦਸੰਬਰ ਨਹੀਂ ਆਏਗਾ, 28 ਦਸੰਬਰ ਸੀਗਾ ਬਈ, ਠੀਕ ਹੈ। ਤਕਰੀਬਨ 72 ਲੋਕਾਂ ਨੇ ਕੀ ਕੀਤਾ? ਪਾਰਟਿਸਪੇਟ ਕੀਤਾ। ਤੇ ਉਮੇਸ਼ ਚੰਦਰ ਬੈਨਰਜੀ, WC ਬੈਨਰਜੀ ਕੀ ਸੀਗੇ? ਇਸ ਦੀ ਪ੍ਰਧਾਨਗੀ ਕੀਤੀ। ਸੀ ਆਪਸ਼ਨ ਸਾਡਾ ਕੀ ਰਹੇਗਾ? ਬਿਲਕੁਲ ਰਾਈਟ ਆਨਸਰ ਰਹੇਗਾ। ਜਿਹੜੇ ਬੱਚਿਆਂ ਨੇ ਵੀ ਸੀ ਆਪਸ਼ਨ ਦਿੱਤਾ ਹੈ ਉਹ ਕੀ ਹੈ ਬਈ? ਬਿਲਕੁਲ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਹੈ ਜੀ, ਥੀਓਫੈਸਿਕਲ ਸੁਸਾਇਟੀ ਦੀ ਸਥਾਪਨਾ ਦੇ ਸੰਸਥਾਪਕ ਕੌਣ ਸੀ? ਹੂ ਵਾਸ ਦਾ ਫਾਊਂਡਰ ਆਫ ਦਾ ਥੀਓਫੈਸਿਕਲ ਸੁਸਾਇਟੀ? ਜਸਟਿਸ ਰਾਣਾ ਡੇ ਸੀਗੇ, ਮੈਡਮ ਵਲਾਸਤਕੀ ਸੀ, ਵਾਸਤਕੀ ਕਾਮਾ ਸੀਗੇ, ਜਾਂ ਫਿਰ ਐਨੀ ਬੈਸਟ ਸੀਗੇ, ਬਾਲ ਗੰਗਾਧਰ ਜੀ ਤਿਲਕ ਸੀਗੇ। 1875 ਦੇ ਵਿੱਚ ਮੇਬੀ ਇਸਨੂੰ ਕੀ ਕੀਤਾ ਗਿਆ ਸੀਗਾ ਬੱਚੇ? ਨਿਊਯਾਰਕ ਦੇ ਵਿੱਚ, ਠੀਕ ਹੈ, ਨਿਊਯਾਰਕ ਦੇ ਵਿੱਚ ਕੀ ਕੀਤਾ ਗਿਆ ਸੀਗਾ? ਇਸ ਦੀ ਸਥਾਪਨਾ ਕੀਤੀ ਗਈ ਸੀਗੀ ਕਿਸ ਦੇ ਦੁਆਰਾ ਕੀਤੀ ਗਈ ਸੀਗੀ? ਇੱਕ ਰਸ਼ੀਅਨ ਮਹਿਲਾ ਸੀਗੇ ਬੱਚੇ, ਠੀਕ ਹੈ, ਕੌਣ ਸੀਗੇ? ਰਸ਼ੀਅਨ ਮਹਿਲਾ ਸੀਗੇ। ਉਹਨਾਂ ਦਾ ਨਾਮ ਕੀ ਸੀਗਾ? ਤਾਂ ਉਹਨਾਂ ਦਾ ਨਾਮ ਸੀਗਾ ਬਈ ਮੈਡਮ ਵਲਾਸਤਕੀ। ਨਾਲ ਇਹਨਾਂ ਦੇ ਇੱਕ ਪੁਰਸ਼ ਵੀ ਸੀਗੇ ਜਿਨ੍ਹਾਂ ਦੇ ਨਾਲ ਮਿਲ ਕੇ ਇਹਨਾਂ ਨੇ ਕੀ ਕੀਤਾ ਸੀਗਾ ਬੱਚੇ? ਥੀਓਫੈਸਿਕਲ ਸੁਸਾਇਟੀ ਦੀ ਸਥਾਪਨਾ ਕੀਤੀ ਸੀਗੀ। ਬੀ ਆਪਸ਼ਨ ਸਾਡਾ ਕੀ ਰਹੇਗਾ? ਬਿਲਕੁਲ ਰਾਈਟ ਆਨਸਰ ਰਹੇਗਾ। ਬੀ ਆਪਸ਼ਨ ਸਾਡਾ ਕੀ ਰਹਿਣ ਵਾਲਾ ਹੈ? ਬਿਲਕੁਲ ਰਾਈਟ ਆਨਸਰ ਰਹਿਣ ਵਾਲਾ ਹੈ। ਨੈਕਸਟ ਕੁਐਸਚਨ ਹੈ ਬਈ, ਟੈਟ ਬਜ਼ਰ ਅਕੈਡਮੀ ਬਈ ਜਿੰਨੇ ਵੀ ਸਾਡੇ ਪੇਡ ਕੋਰਸ ਨੇ ਉਹ ਕਾਹਦੇ ਤੋਂ ਤੁਸੀਂ ਦੇਖ ਸਕਦੇ ਹੋ? ਤਾਂ ਬਈ ਆਪਣਾ ਜੋ ਐਪ ਹੈ ਉਸ ਤੋਂ ਦੇਖ ਸਕਦੇ ਹੋ। ਇਸ ਨੂੰ ਤੁਸੀਂ ਇੰਸਟਾਲ ਕਿੱਥੋਂ ਕਰਨਾ ਹੈ? ਤਾਂ ਗੂਗਲ ਪਲੇ ਸਟੋਰ ਤੋਂ ਕਰਨਾ ਬਈ। ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਹੈ ਤਾਂ 9700 50 500 ਤੇ ਸਾਨੂੰ ਮੈਸੇਜ ਕਰ ਸਕਦੇ ਹੋ, ਸਾਡੇ ਨਾਲ ਜੁੜ ਸਕਦੇ ਹੋ। ਭਾਈ ਆਪਣਾ ਜਿਹੜਾ ਫ੍ਰੀ ਵਟਸਐਪ ਗਰੁੱਪ ਹੈ ਉਸ ਦਾ ਤੁਸੀਂ ਹਿੱਸਾ ਬਣ ਸਕਦੇ ਹੋ। ਕੁਛ ਨਹੀਂ ਕਰਨਾ, ਸਿਰਫ ਤੇ ਸਿਰਫ ਆਪਣਾ ਨੇਮ ਟਾਈਪ ਕਰਨਾ, ਜੋ ਵੀ ਤੁਹਾਡਾ ਨਾਂ ਹੈ ਉਹ ਟਾਈਪ ਕਰਨਾ ਹੈ, ਜਿਹੜਾ ਵੀ ਤੁਸੀਂ ਇਗਜ਼ਾਮ ਦੇ ਰਹੇ ਹੋ, ਮਾਸਟਰ ਕਾਡਰ ਦੇ ਰਹੇ ਹੋ,
ਪੀਐਸ ਟੈਟ ਦੇ ਰਹੇ ਹੋ, ਸਿਟੀ ਬਾਈ ਜਿਹੜਾ ਵੀ ਤੁਹਾਡਾ ABC ਸਿਟੀ ਹੈ ਉਹ ਵਾਲਾ ਇੱਥੇ ਮੈਂਸ਼ਨ ਕਰਨਾ ਹੈ। ਜੈਂਡਰ ਮੇਲ ਹੋ ਫੀਮੇਲ ਹੋ, ਜੋ ਵੀ ਜੈਂਡਰ ਹੈ ਬੱਚੇ ਉਹ ਤੁਸੀਂ ਇੱਥੇ ਮੈਂਸ਼ਨ ਕਰਕੇ 9750-500 ਤੇ ਸਾਨੂੰ ਮੈਸੇਜ ਕਰ ਸਕਦੇ ਹੋ, ਸਾਡੇ ਨਾਲ ਜੁੜ ਸਕਦੇ ਹੋ। ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਬੱਚੇ ਇਸ ਗਰੁੱਪ ਦੇ ਵਿੱਚ ਸ਼ੇਅਰ ਕੀਤੀਆਂ ਜਾਂਦੀਆਂ। ਨੈਕਸਟ ਹੈ ਬਈ, ਸਲਤਨਤ ਕਾਲ ਦੇ ਵਿੱਚ ਕੀ ਕੁਛ ਹੋਇਆ? ਵਪਾਰ ਦੇ ਵਿੱਚ ਉੱਨਤੀ ਹੋਈ, ਬਿਜ਼ਨਸ ਫਲੋਰਿਸ਼ਡ ਹੋਇਆ, ਹਿੰਦੂ ਵੀ ਮੁਸਲਮਾਨ ਸੰਤਾਂ ਦੇ ਆਦਰ ਕਰਦੇ ਸਨ, ਉਰਦੂ ਦਾ ਵਿਕਾਸ ਹੋਇਆ, ਅਪਰੋਕਤ ਵਿੱਚੋਂ ਅਪਰੋਕਤ ਸਾਰੇ ਕਥਨ ਕੀ ਨੇ? ਸਹੀ ਨੇ। ਨਾ ਜੀ ਨਾ ਦਵਿੰਦਰ ਜੀ, ਜੀਓਗ੍ਰਾਫੀ ਮੈਂ ਨਹੀਂ ਕਰਾਉਂਦਾ, ਅਨਮੋਲ ਅਰੋੜਾ ਸਰ ਜਿਹੜੇ ਖੁਦ ਹੈ ਉਹ ਕਰਾਉਂਦੇ ਹੁੰਦੇ ਆ, ਅਨਮੋਲ ਸਰ ਕਰਾਉਂਦੇ ਹੁੰਦੇ ਆ ਬਈ ਜੀਓਗ੍ਰਾਫੀ, ਮੇਰੇ ਕੋਲ ਤਾਂ ਹਿਸਟਰੀ ਹਿਸਟਰੀ ਹੁੰਦੀ ਆ ਬਈ। ਕਰੋ ਕਮੈਂਟ ਵੀ ਕੀ ਆਏਗਾ ਇਸਦਾ ਰਾਈਟ ਆਂਸਰ। ਸਲਤਨਤ ਕਾਲ ਕਾਸਤੇ ਵਾਸਤੇ ਮਸ਼ਹੂਰ ਸੀ, ਕਰ ਦਿਓ ਵੀ, ਕਰ ਦਿਓ ਕਮੈਂਟ ਕਰ ਦਿਓ ਜਲਦੀ ਜਲਦੀ ਕੀ ਆਏਗਾ ਇਸਦਾ ਰਾਈਟ ਆਂਸਰ। ਬਈ ਲਗਭਗ ਸਾਰੇ ਕੰਮ ਹੀ ਹੋਏ ਸੀਗੇ, ਠੀਕ ਹੈ। ਉਰਦੂ ਨੂੰ ਸਰਕਾਰੀ ਸਰਪ੍ਰਸਤੀ ਭਾਵੇਂ ਜ਼ਰੂਰ ਮੁਹੰਮਦ ਸ਼ਾਹ ਰੰਗੀਲਾ ਨੇ ਦਿੱਤੀ, ਲੇਟਰ ਮੁਗਲ ਪੀਰੀਅਡ ਦੇ ਵਿੱਚ ਮਿਲੀ, ਪਰ ਕਿਤੇ ਨਾ ਕਿਤੇ ਵਿਕਾਸ ਹੋਣਾ ਸ਼ੁਰੂ ਹੋ ਚੁੱਕਿਆ ਸੀਗਾ। ਡੀ ਆਪਸ਼ਨ ਸਾਡਾ ਕੀ ਰਹੇਗਾ? ਬਿਲਕੁਲ ਰਾਈਟ ਆਂਸਰ ਰਹੇਗਾ, ਡੀ ਆਪਸ਼ਨ ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ ਹੈ ਬਈ, ਭਾਰਤ ਵਿੱਚ ਚਮੜੇ ਦੀ ਪ੍ਰਤੀਕ ਮੁਦਰਾ ਕਿਸਨੇ ਸ਼ੁਰੂ ਕੀਤੀ? ਹੂ ਸਟਾਰਟਡ ਦਾ ਲੈਦਰ ਸਿੰਬੋਲਿਕ ਕਰੰਸੀ ਇਨ ਇੰਡੀਆ? ਅਕਬਰ ਨੇ ਕੀਤੀ, ਮੁਹੰਮਦ ਬਿਨ ਤੁਗਲਕ ਨੇ ਕੀਤੀ, ਬਾਬਰ ਨੇ ਕੀਤੀ, ਹਮਾਯੂ ਨੇ ਕੀਤੀ? ਚਮੜੇ ਦੀ ਪ੍ਰਤੀਕ ਮਾਤਰ ਪ੍ਰਤੀਕ ਸਿੰਬੋਲਿਕ ਮੁਦਰਾ ਕਿਸਨੇ ਸ਼ੁਰੂ ਕੀਤੀ ਸੀ? ਕਰੋ ਵੀ ਕਰੋ ਕਮੈਂਟ ਕਰੋ ਜਲਦੀ ਜਲਦੀ ਕੀ ਆਏਗਾ ਇਸਦਾ ਰਾਈਟ ਆਂਸਰ। ਬਈ ਡੀ ਆਪਸ਼ਨ ਦੇ ਰਹੇ ਹੋ ਕਿਆ ਇਸਦਾ? ਹਮਾਯੂ ਦੇ ਸਮੇਂ ਇੱਕ ਪਿਸ਼ਤੀ ਨੇ ਸਿੰਬੋਲਿਕ ਮੁਦਰਾ ਸ਼ੁਰੂ ਕੀਤੀ ਸੀ, ਇਸਦੇ ਵਿੱਚ ਕੋਈ ਸ਼ੱਕ ਨਹੀਂ ਹੈ, ਪਰ ਹਮਾਯੂ ਨੇ ਨਹੀਂ ਕੀਤੀ। ਇਹ ਸਹੀ ਹੈ, ਹਮਾਯੂ ਨੇ ਨਹੀਂ ਕੀਤੀ। ਹਮਾਯੂ ਦੇ ਸਮੇਂ ਜਦੋਂ ਨਦੀ ਦੇ ਵਿੱਚ ਡੁੱਬਣ ਵਾਲਾ ਸੀਗਾ, ਇੱਕ ਪਿਸ਼ਤੀ ਨੇ ਕੀ ਕੀਤੀ? ਉਸਦੀ ਜਾਨ ਬਚਾਈ। ਇਸੇ ਕਰਕੇ ਇੱਕ ਦਿਨ ਦਾ ਰਾਜਾ ਨਾਇਕ ਫਿਲਮ ਵਾਲਾ ਇੱਕ ਪਿਸ਼ਤੀ ਨੂੰ ਕੀ ਬਣਾਇਆ ਗਿਆ? ਰਾਜਾ ਬਣਾਇਆ ਗਿਆ। ਉਸਨੇ ਕੀ ਕੀਤਾ ਬੱਚੇ? ਮੁਦਰਾ ਸ਼ੁਰੂ ਕੀਤੀ। ਇਹ ਸਹੀ ਹੈ ਕਿਤੇ ਨਾ ਕਿਤੇ, ਪਰ ਹਮਾਯੂ ਨੇ ਨਹੀਂ ਕੀਤੀ, ਖੁਦ ਨੇ ਨਹੀਂ ਕੀਤੀ। ਫਿਰ ਇਹਨਾਂ ਦੇ ਵਿੱਚੋਂ ਕਿਹੜਾ ਸੀਗਾ ਜਿਹੜਾ ਇਵੇਂ ਦੇ ਪੁੱਠੇ ਸਿੱਧੇ ਕੰਮ ਕਰਦਾ ਹੁੰਦਾ ਸੀਗਾ? ਤਾਂ ਬਈ ਮੁਹੰਮਦ ਬਿਨ ਤੁਗਲਕ ਨੇ ਸੰਕੇਤਕ ਮੁਦਰਾ ਚਲਾਈ ਸੀਗੀ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਬਈ ਇੱਥੇ ਦੇਖੋ, ਜਦੋਂ ਚਮੜੇ ਦੀ ਗੱਲ ਕਰਦਾ ਨਾ, ਕਿਉਂਕਿ ਉਹਨੇ ਧਾਤੂ ਦੀ ਮੁਦਰਾ ਜਿਹੜੀ ਸੀਗੀ ਉਹ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ, ਠੀਕ ਹੈ। ਬੀ ਆਪਸ਼ਨ ਸਾਡਾ ਕੀ ਰਹੇਗਾ ਇਸਦਾ ਰਾਈਟ ਆਂਸਰ ਰਹੇਗਾ? ਬੀ ਆਪਸ਼ਨ ਸਾਡਾ ਕੀ ਰਹਿਣ ਵਾਲਾ ਹੈ? ਬਿਲਕੁਲ ਰਾਈਟ ਆਂਸਰ ਰਹਿਣ ਵਾਲਾ ਹੈ। ਅੱਗੇ ਜੀ, ਗੋਸ਼ਾਲ ਦੀ ਮਹਾਵੀਰ ਸਵਾਮੀ ਨਾਲ ਸਭ ਤੋਂ ਪਹਿਲਾਂ ਮੁਲਾਕਾਤ ਕਿੱਥੇ ਹੋਈ? ਗੋਸ਼ਾਲਸ ਫਸਟ ਮੀਟਿੰਗ ਵਿਦ ਦਾ ਮਹਾਵੀਰ ਸਵਾਮੀ ਵਾਸ ਚੰਪਾ ਦੇ ਵਿੱਚ ਹੋਈ, ਵੈਸ਼ਾਲੀ ਦੇ ਵਿੱਚ ਹੋਈ, ਤਕਸ਼ੀਲਾ ਦੇ ਵਿੱਚ ਹੋਈ, ਨਾਲੰਦਾ ਦੇ ਵਿੱਚ ਹੋਈ? ਬਈ ਆਹ ਕੁਐਸਚਨ, ਚਲੋ ਦੇਖੋ ਵੀ ਕੀ ਮੈਨੂੰ ਕੁਐਸਚਨ ਹੀ ਕਿਤੇ ਨਾ ਕਿਤੇ ਸਹੀ ਨਹੀਂ ਲੱਗ ਰਿਹਾ। ਚਲੋ ਦੇਖੋ ਵੀ ਇਸਦਾ ਕੀ ਆਏਗਾ ਰਾਈਟ ਆਂਸਰ। ਗੋਸ਼ਾਲ ਦੀ ਮਹਾਵੀਰ ਸਵਾਮੀ ਦੇ ਨਾਲ ਮੁਲਾਕਾਤ, ਪਹਿਲੀ ਮੁਲਾਕਾਤ ਕਿੱਥੇ ਹੁੰਦੀ ਹੈ?
ਕਰੋ ਵੀ ਕਰੋ ਕਮੈਂਟ ਕਰੋ ਜਲਦੀ ਜਲਦੀ ਕੀ ਆਏਗਾ ਇਸਦਾ ਰਾਈਟ ਆਂਸਰ। ਨਾਲੰਦਾ ਦੇ ਵਿੱਚ ਬਿਲਕੁਲ ਰਿੰਪਾ ਜੀ ਤੁਸੀਂ ਸਹੀ ਕਹਿ ਰਹੇ ਹੋ, ਨਾਲੰਦਾ ਦੇ ਵਿੱਚ ਹੁੰਦੀਆਂ ਮੁਲਾਕਾਤਾਂ, ਪਰ ਕਿਤੇ ਨਾ ਕਿਤੇ ਇਹ ਕੁਐਸਚਨ ਬਈ ਪਹਿਲੀ ਵਾਰੀ ਆਇਆ। ਡੀ ਆਪਸ਼ਨ ਅਸੀਂ ਕੀ ਕਹਿ ਸਕਦੇ ਹਾਂ, ਰਾਈਟ ਆਂਸਰ ਕਹਿ ਸਕਦੇ ਹਾਂ। ਕਿਤੇ ਨਾ ਕਿਤੇ ਨਾਲੰਦਾ ਦੇ ਵਿੱਚ ਹੀ ਇਸਨੂੰ ਕੀ ਕੀਤਾ ਗਿਆ ਹੈ, ਦਰਸਾਇਆ ਗਿਆ ਹੈ। ਡੀ ਆਪਸ਼ਨ ਸਾਡਾ ਕੀ ਰਹੇਗਾ, ਰਾਈਟ ਆਂਸਰ ਰਹੇਗਾ। ਨੈਕਸਟ ਹੈ ਜੀ, ਸੰਗਮ ਯੁੱਧ ਦੇ ਦੌਰਾਨ ਰੋਮਨ ਵਪਾਰ ਦਾ ਕੇਂਦਰ ਕਿੱਥੇ ਸੀ, ਵੇਅਰ ਵਾਸ ਦਾ ਸੈਂਟਰ ਆਫ ਰੋਮਨ ਟ੍ਰੇਡ ਡਿਊਰਿੰਗ ਦਾ ਸੰਗਮ ਏਜ। ਠੀਕ ਹੈ ਜੀ, ਠੀਕ ਹੈ, ਮਦੁਰਈ ਸੀ, ਆਰਕਾਮੈਂਡੂ ਸੀ, ਜਾਂ ਫਿਰ ਪਮਹਰਮ ਸੀ, ਮੁਸੀਰੀ ਸੀ, ਕਿੱਥੇ ਸੀ ਬਈ ਸੰਗਮ ਯੁੱਗ ਦੇ ਦੌਰਾਨ। ਸੰਗਮ ਯੁੱਗ ਦਾ ਭਾਵ ਹੈ 100 AD ਤੋਂ ਲੈ ਕੇ 200 AD ਤੱਕ, ਮੇ ਬੀ ਇਹੀ ਹੈ, ਪਹਿਲੀ ਸ਼ਤਾਬਦੀ ਤੋਂ ਤੀਸਰੀ ਸ਼ਤਾਬਦੀ ਤੱਕ ਇਵੇਂ ਜੀ ਇਸਦਾ ਸਮਾਂ ਮੰਨਿਆ ਜਾਂਦਾ ਹੈ। ਤਾਂ ਇਸਦਾ ਜਿਹੜਾ ਸਭ ਤੋਂ ਵੱਡਾ ਰੋਮਨ ਵਪਾਰ ਦਾ ਕੇਂਦਰ ਸੀਗਾ ਬੱਚੇ ਉਹ ਕਿੱਥੇ ਸੀਗਾ, ਤਾਂ ਆਰਕਮੁੰਡੂ ਸੀਗਾ। ਬੀ ਆਪਸ਼ਨ ਸਾਡਾ ਕੀ ਰਹੇਗਾ, ਬਿਲਕੁਲ ਰਾਈਟ ਆਂਸਰ ਰਹੇਗਾ। ਬੀ ਆਪਸ਼ਨ ਸਾਡਾ ਕੀ ਰਹਿਣ ਵਾਲਾ ਹੈ, ਬਿਲਕੁਲ ਰਾਈਟ ਆਂਸਰ ਰਹਿਣ ਵਾਲਾ ਹੈ। ਕਿਸ ਪ੍ਰਕਾਰ ਦੀ ਚਿੱਤਰਕਾਰੀ ਦਾ ਸ਼ਾਬਦਿਕ ਅਰਥ ਮੋਮ ਲੇਖਨ ਹੈ, ਵਿਚ ਟਾਈਪ ਆਫ ਦਾ ਪੇਂਟਿੰਗ ਲਿਟਰਲੀ ਮੀਨਸ ਵੈਕਸ ਰਾਈਟਿੰਗ। ਮੋਮ ਲੇਖਨ ਮਤਲਬ ਕਿ ਵੈਕਸ, ਮੋਮਬੱਤੀ ਵਾਲਾ ਮੋਮ ਨਹੀਂ ਹੁੰਦਾ, ਉਹ ਵਾਲੀ ਵੈਕਸ। ਤਾੜ ਚਿੱਤਰਕਾਰੀ, ਕਮਜ਼ੋਰ ਚਿੱਤਰਕਾਰੀ, ਕਲਮਕਾਰੀ ਚਿੱਤਰਕਾਰੀ, ਜਾਂ ਫਿਰ ਬੇਟਕ ਚਿੱਤਰਕਾਰੀ। ਬਾਈ ਪੀਐਸ ਟੈਟ ਦੇ ਨਾਲ ਰਿਲੇਟਡ ਕੁਐਸਚਨ ਨੇ ਇਸ ਤਰੀਕੇ ਦੇ। ਮਾਸਟਰ ਗਾਰਡਰ ਦੇ ਵਿੱਚ ਤਾਂ ਚਿੱਤਰਕਾਰੀ ਦੇ ਨਾਲ ਰਿਲੇਟਡ ਸਾਨੂੰ ਜ਼ਿਆਦਾਤਰ ਕੁਐਸਚਨ ਨਹੀਂ ਪੁੱਛੇ ਜਾਂਦੇ, ਪਰ ਪੀਐਸ ਟੈਟ ਦੇ ਵਿੱਚ ਇਸ ਤਰੀਕੇ ਦੇ ਕੁਐਸਚਨ ਜਿਹੜੇ ਆ ਬੱਚੇ ਸਾਨੂੰ ਪੁੱਛੇ ਜਾਂਦੇ ਨੇ। ਤਾਂ ਕਰੋ ਕਮੈਂਟ ਵੀ ਕੀ ਆਏਗਾ ਇਸਦਾ ਰਾਈਟ ਆਂਸਰ। ਕਿਸ ਪ੍ਰਕਾਰ ਦੀ ਚਿੱਤਰਕਾਰੀ ਦਾ ਸ਼ਾਬਦਿਕ ਅਰਥ ਮੋਮ ਲੇਖਨ ਹੈ, ਵੈਕਸ ਰਾਈਟਿੰਗ ਹੈ, ਇਹ ਨਹੀਂ ਆਏਗਾ। ਇਸਦਾ ਜਿਹੜਾ ਰਾਈਟ ਆਂਸਰ ਦਿੱਤਾ ਗਿਆ ਬੱਚੇ ਉਹ ਬੈਟਿਕ ਪੇਂਟਿੰਗ ਦਿੱਤਾ ਗਿਆ। ਡੀ ਆਪਸ਼ਨ ਸਾਡਾ ਕੀ ਰਹੇਗਾ, ਬਿਲਕੁਲ ਰਾਈਟ ਆਂਸਰ ਰਹੇਗਾ ਵੀ, ਡੀ ਆਏਗਾ ਵੀ, ਇਹ ਨਹੀਂ ਆਏਗਾ, ਤਾੜ ਚਿੱਤਰਕਾਰੀ ਨਹੀਂ ਆਏਗਾ, ਤਾੜ ਚਿੱਤਰਕਾਰੀ ਨਹੀਂ ਆਏਗਾ ਵੀ, ਬੈਟਿਕ ਚਿੱਤਰਕਾਰੀ ਕਿਹਾ ਗਿਆ, ਇਹ ਕਹਿ ਰਹੇ ਹੋ ਗਿਆ। ਚਲੋ ਚੈੱਕ ਕਰ ਲਿਓ ਬਈ, ਸਟੈਂਡ ਬਾਈ ਤੇ ਰੱਖ ਲਿਓ ਇਸ ਕੁਐਸਚਨ ਨੂੰ, ਦੇਖ ਲਿਓ ਜੀ। ਮੇਰੇ ਖਿਆਲ ਦੇ ਵਿੱਚ ਤਾਂ ਬੈਟਿਕ ਚਿੱਤਰ ਆਏਗਾ। ਨੈਕਸਟ ਹੈ ਵੀ, ਤਰਾਇਨ ਦੇ ਦੂਜੇ ਯੁੱਧ ਦੇ ਵਿੱਚ ਕਿਸ ਨੂੰ ਹਰਾਇਆ ਗਿਆ। 1192 ਦੇ ਵਿੱਚ ਦੂਸਰਾ ਤਰਾਇਨ ਦਾ ਯੁੱਧ ਹੋਇਆ ਸੀਗਾ, ਕੌਣ ਹਾਰਿਆ ਸੀਗਾ, ਪ੍ਰਿਥਵੀ ਰਾਜ ਨੇ ਮੁਹੰਮਦ ਗੋਰੀ ਨੂੰ ਹਰਾਇਆ, ਮਹਿਮੂਦ ਗਜ਼ਨਵੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾਇਆ, ਪ੍ਰਿਥਵੀ ਰਾਜ ਚੌਹਾਨ ਨੇ ਮਹਿਮੂਦ ਗਜ਼ਨਵੀ ਨੂੰ ਹਰਾਇਆ, ਮੁਹੰਮਦ ਗੋਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾਇਆ। ਤਾਂ ਕਰੋ ਵੀ ਕਮੈਂਟ ਕੀ ਆਏਗਾ ਇਸਦਾ ਰਾਈਟ ਆਂਸਰ। ਹੂ ਡਿਫੈਂਡਡ ਹੂਮ ਇਨ ਦਾ ਸੈਕਿੰਡ ਵਾਰ ਆਫ ਟੈਰਨ, ਟੈਰਨ ਦੀ ਸੈਕਿੰਡ ਵਾਰ ਦੇ ਵਿੱਚ ਕਿਸ ਨੇ ਕਿਸ ਨੂੰ ਹਰਾਤਾ ਸੀ, ਨਾਲ ਦੀ ਨਾਲ ਕਮੈਂਟ ਕਰਕੇ ਦੱਸ ਦਿਓ ਟੈਰਨ ਦੀ ਥਰਡ ਵਾਰ ਕਦੋਂ ਹੋਈ ਸੀ। ਪਹਿਲੀ ਦੂਜੀ ਤਾਂ ਸਾਨੂੰ ਪਤਾ ਹੈ, ਪਹਿਲੀ 91 ਦੇ ਵਿੱਚ ਹੋਈ, ਦੂਜੀ 92 ਦੇ ਵਿੱਚ ਹੋਈ, ਤੀਸਰੀ ਜਿਹੜੀ ਵਾਰ ਸੀਗੀ ਉਹ ਕਦੋਂ ਹੋਈ ਸੀਗੀ, ਇਹ ਤੁਸੀਂ ਕਮੈਂਟ ਕਰਕੇ ਦੱਸਣਾ ਵੀ। ਮੁਹੰਮਦ ਗੋਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਕੀ ਕੀਤਾ ਸੀਗਾ ਬੱਚੇ, ਇਸ ਯੁੱਧ ਦੇ ਵਿੱਚ ਹਰਾਇਆ ਸੀਗਾ। ਤੇ ਭਾਰਤ ਦੇ ਵਿੱਚ ਕੀ ਕੀਤਾ ਗਿਆ ਸੀਗਾ, ਮੁਸਲਿਮ ਸੱਤਾ ਸਥਾਪਿਤ ਕੀਤੀ ਗਈ ਸੀਗੀ ਭਾਰਤ ਦੇ ਵਿੱਚ ਬੱਚੇ, ਦਾਸ ਵੰਸ਼ ਦੀ ਸਥਾਪਨਾ ਹੋਈ ਸੀ।
ਠੀਕ ਹੈ ਡੀ ਆਪਸ਼ਨ ਸਾਡਾ ਕੀ ਰਹੇਗਾ ਬਿਲਕੁਲ ਰਾਈਟ ਆਨਸਰ ਰਹੇਗਾ ਨੈਕਸਟ ਬਈ ਆਪਣਾ ਜਿਹੜਾ ਟੈਲੀਗ੍ਰਾਮ ਚੈਨਲ ਹੈ ਉਸ ਦਾ ਤੁਸੀਂ ਹਿੱਸਾ ਬਣ ਸਕਦੇ ਹੋ ਕੁਛ ਨਹੀਂ ਕਰਨਾ ਐਟ ਦਾ ਡੇਟ ਟੈਟ ਬਜ਼ਰ ਦੇ ਨਾਲ ਤੁਸੀਂ ਜੁਆਇਨ ਕਰ ਸਕਦੇ ਹੋ ਪਹਿਲੇ ਯੁੱਧ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਨੇ ਕੀ ਕਰਤਾ ਸੀਗਾ ਗੋਰੀ ਨੂੰ ਹਰਾਇਆ ਸੀਗਾ ਦੂਸਰੇ ਦੇ ਵਿੱਚ ਗੋਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾਇਆ ਸੀਗਾ ਠੀਕ ਹੈ ਤੀਸਰਾ ਤੁਹਾਨੂੰ ਪੁੱਛਿਆ ਸੀਗਾ ਕਦੋਂ ਹੋਇਆ ਸੀਗਾ ਇਹ ਦੱਸ ਦਿਓ ਨਾ ਵੀ ਚੰਦਵਾੜਾ ਦਾ ਯੁੱਧ ਹੋਇਆ 94 ਦੇ ਵਿੱਚ ਨੋ ਜਿਹੜੇ 1194 ਕਹਿ ਰਹੇ ਆ ਉਹ ਗਲਤ ਹੈ ਬਈ ਲਿੰਕ ਜਿਹੜਾ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਜੁਆਇਨ ਕਰ ਸਕਦੇ ਹੋ ਲੇਟੈਸਟ ਅਪਡੇਟ ਦਿੱਤੀ ਜਾਂਦੀ ਹੈ ਡੇਲੀ ਕਵਿਜ਼ ਕੀਤੇ ਜਾਂਦੇ ਆ ਪੀਡੀਐਫ ਜਿਹੜੇ ਨੇ ਬੱਚੇ ਇੱਥੇ ਸ਼ੇਅਰ ਕੀਤੇ ਜਾਂਦੇ ਆ ਬਈ 9750 ਵਾਲੇ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਨਾਲ ਜੁੜ ਸਕਦੇ ਹੋ ਨੈਕਸਟ ਕੁਐਸਚਨ ਹੈ ਵੀ ਨੀਲ ਦਰਪਣ ਦੇ ਲੇਖਕ ਸੀ ਦਾ ਆਥਰ ਆਫ ਨੀਲ ਦਰਪਣ ਵਾਸ ਸੁਭਾਸ਼ ਚੰਦਰ ਬੋਸ ਸੀ ਦੀਨ ਬੰਧੂ ਮਿੱਤਰ ਸੀ ਦਯਾਨੰਦ ਜੀ ਸੀਗੇ ਜਾਂ ਫਿਰ ਵਿਵੇਕਾਨੰਦ ਜੀ ਸੀ ਕਰੋ ਵੀ ਕਮੈਂਟ ਕੀ ਆਏਗਾ ਇਸਦਾ ਰਾਈਟ ਆਨਸਰ ਬੱਚੇ ਨੀਲ ਦਰਪਣ ਦੇ ਲੇਖਕ ਸੀ ਨੀਲ ਦਰਪਣ ਦੇ ਲੇਖਕ ਕੌਣ ਸੀਗੇ ਤਾਂ ਦੀਨ ਬੰਧੂ ਮਿੱਤਰ ਸੀਗੇ ਬੱਚੇ ਹਾਂ ਬਈ ਮੈਂ ਤਾਂ ਕਹਿ ਰਿਹਾ ਵੀ 1194 ਦੇ ਵਿੱਚ ਨਹੀਂ ਹੋਇਆ 1215 ਦੇ ਵਿੱਚ ਹੋਇਆ ਸੀਗਾ 1215 ਦੇ ਵਿੱਚ ਤੀਸਰਾ ਯੁੱਧ ਹੋਇਆ ਸੀਗਾ ਠੀਕ ਹੈ ਜੀ ਬੀ ਆਪਸ਼ਨ ਸਾਡਾ ਕੀ ਰਹੇਗਾ ਇੱਥੇ ਬਿਲਕੁਲ ਰਾਈਟ ਆਨਸਰ ਰਹੇਗਾ ਬੀ ਆਪਸ਼ਨ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਵੀ ਮਹਾਤਮਾ ਗਾਂਧੀ ਅਤੇ ਬਾਬਾ ਸਾਹਿਬ ਅੰਬੇਦਕਰ ਦੇ ਵਿਚਕਾਰ ਪੂਨਾ ਸੰਧੀ ਕਦੋਂ ਹੋਈ ਵੈਨ ਵਾਸ ਦਾ ਪੂਨਾ ਪੈਕਟ ਸਿਗਨੇਚਰ ਬਿਟਵੀਨ ਦਾ ਮਹਾਤਮਾ ਗਾਂਧੀ ਐਂਡ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ 1919 ਦੇ ਵਿੱਚ ਹੋਈ 1932 ਦੇ ਵਿੱਚ ਹੋਈ 1937 ਦੇ ਵਿੱਚ ਹੋਈ ਜਾਂ ਫਿਰ 1935 ਦੇ ਵਿੱਚ ਹੋਈ ਦੇਖੋ ਵੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਾਹਿਬ ਕੀ ਸੀਗੇ ਬੱਚੇ ਤਿੰਨੋਂ ਦੀਆਂ ਤਿੰਨੋਂ ਗੋਲਮੇਜ ਸੰਮੇਲਨ ਦੇ ਵਿੱਚ ਹਿੱਸਾ ਲੈਂਦੇ ਨੇ ਇਹ ਕਿਤੇ ਨਾ ਕਿਤੇ ਦਲਿਤਾਂ ਦੇ ਵਾਸਤੇ ਦਲਿਤਾਂ ਵਾਸਤੇ ਕੀ ਕਹਿਣਾ ਚਾਹੁੰਦੇ ਸੀਗੇ ਜਿਸ ਤਰੀਕੇ ਦੇ ਨਾਲ ਮੁਸਲਮਾਨਾਂ ਨੂੰ ਅਲੱਗ ਨਿਰਵਾਚਨ ਖੇਤਰ ਦਿੱਤਾ ਗਿਆ ਉਸੇ ਤਰੀਕੇ ਦੇ ਨਾਲ ਦਲਿਤਾਂ ਨੂੰ ਵੀ ਦਿੱਤਾ ਜਾਵੇ ਇਸੇ ਕਰਕੇ ਗਾਂਧੀ ਜੀ ਕਹਿੰਦੇ ਕਿ ਜੇਕਰ ਦਲਿਤ ਬਾਹਰ ਹੋ ਗਏ ਤਾਂ ਕਿਤੇ ਨਾ ਕਿਤੇ ਜਿਹੜਾ ਹੈ ਧਰਮ ਜਿਹੜਾ ਹੈ ਉਹ ਡਿਵਾਈਡ ਹੋ ਜਾਏਗਾ ਇਸੇ ਕਰਕੇ ਗਾਂਧੀ ਜੀ ਨੇ ਕੀ ਕੀਤਾ ਬੱਚੇ ਪੂਨਾ ਦੀ ਯਰਵਦਾ ਜੇਲ੍ਹ ਦੇ ਵਿੱਚ ਠੀਕ ਹੈ ਪੂਨਾ ਦੀ ਯਰਵਦਾ ਜੇਲ੍ਹ ਦੇ ਵਿੱਚ ਕੀ ਕੀਤਾ ਬੱਚੇ ਐਮਰਨ ਅਨਸ਼ਨ ਕਰਤਾ ਸੀਗਾ ਲੋਕਾਂ ਦੇ ਕਹਿਣ ਤੇ ਮੰਨ ਲਓ ਕਿ ਬਹੁਤ ਸਾਰੇ ਲੋਕਾਂ ਨੇ ਕਿਹਾ ਮਦਨ ਮੋਹਨ ਮਾਲਵਿਆ ਜਵਾਹਰ ਲਾਲ ਨਹਿਰੂ ਬਹੁਤ ਸਾਰੇ ਲੋਕਾਂ ਨੇ ਕਿਹਾ ਸੀਗਾ ਮਿੰਨਤਾਂ ਤਰਲੇ ਕੀਤੇ ਤੇ 24 ਸਤੰਬਰ 1932 ਨੂੰ ਪੂਨਾ ਦੀ ਯਰਵਦਾ ਜੇਲ੍ਹ ਦੇ ਵਿੱਚ ਕੀ ਕੀਤਾ ਗਿਆ ਬੱਚੇ ਸਮਝੌਤਾ ਕੀਤਾ ਗਿਆ 1932 ਦੇ ਵਿੱਚ ਇੱਕ ਚੀਜ਼ ਬਹੁਤ ਇੰਪੋਰਟੈਂਟ ਹੈ ਗਾਂਧੀ ਜੀ ਨੇ ਇਸ ਸਮਝੌਤੇ ਤੇ ਸਿਗਨੇਚਰ ਨਹੀਂ ਕੀਤੇ ਸੀਗੇ ਗਾਂਧੀ ਜੀ ਦੇ ਵੱਲੋਂ ਇਸ ਸਮਝੌਤੇ ਤੇ ਜਿਹੜੇ ਸਿਗਨੇਚਰ ਸੀਗੇ ਉਹ ਮਦਨ ਮੋਹਨ ਮਾਲਵਿਆ ਜੀ ਦੁਆਰਾ ਕੀਤੇ ਗਏ ਸੀਗੇ ਬਿਲਕੁਲ ਨਿੰਪਾ ਰਾਣੀ ਜੀ ਬਿਲਕੁਲ ਰਾਈਟ ਆਨਸਰ ਤੁਸੀਂ ਕਹਿ ਰਹੇ ਹੋ ਕਿ ਗਾਂਧੀ ਜੀ ਨੇ ਇਸ ਸਮਝੌਤੇ ਤੇ ਸਿਗਨੇਚਰ ਨਹੀਂ ਕੀਤੇ ਸੀਗੇ ਫਿਰ ਕਿਸਨੇ ਕੀਤੇ ਸੀਗੇ ਤਾਂ ਬਈ ਮਦਨ ਮੋਹਨ ਮਾਲਵਿਆ ਜੀ ਦੁਆਰਾ ਇਸ ਸਮਝੌਤੇ ਤੇ ਕੀ ਕੀਤੇ ਗਏ ਸੀਗੇ ਸਿਗਨੇਚਰ ਜਿਹੜੇ ਸੀਗੇ ਕੀਤੇ ਗਏ ਸੀਗੇ ਠੀਕ ਹੈ ਨੈਕਸਟ ਹੈ ਵੀ ਬੰਦੀ ਜੀਵਨ ਪੁਸਤਕ ਦਾ ਲੇਖਕ ਕੌਣ ਹੈ ਹੂ ਇਜ਼ ਦਾ ਆਥਰ ਆਫ ਬੁੱਕ ਬੰਦੀ ਜੀਵਨ ਦੀਨ ਬੰਧੂ ਮਿੱਤਰ ਹੇਮ ਚੰਦਰਾਕਰ ਰਾਮ ਪ੍ਰਸਾਦ ਬਿਸਮਲ ਸੁਚਿੰਦਰ ਨਾਥ ਸਾਨਿਆਲ
ਹਾਂਜੀ, ਗਾਂਧੀ ਜੀ ਨੇ ਮਨਾ ਕਰਤਾ ਸੀਗਾ ਕਿਤੇ ਨਾ ਕਿਤੇ। ਇਸ ਤੋਂ ਬਾਅਦ ਹੀ ਗਾਂਧੀ ਜੀ ਕੀ ਕਰਦੇ ਨੇ ਬੱਚੇ, ਦਲਿਤਾਂ ਦੇ ਵਾਸਤੇ ਬਹੁਤ ਵਰਕ ਕਰਦੇ ਨੇ। ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹਨਾਂ ਦੇ ਹਾਲਾਤ ਵਾਕਈ ਕੀ ਨੇ, ਤਰਸਯੋਗ ਨੇ। ਬਾਈ ਬੰਦੀ ਜੀਵਨ ਦਾ ਲੇਖਕ ਕੌਣ ਹੈ? ਸੀ ਤਾਂ ਨਹੀਂ ਆਏਗਾ, ਰਾਮ ਪ੍ਰਸਾਦ ਬਿਸਮਲ ਨੇ ਤਾਂ ਨਹੀਂ ਲਿਖੀ ਜੀ? ਨੋ 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 ਨੋ, ਸੀ ਨਹੀਂ ਆਏਗਾ। ਜਿਹੜੇ ਬੱਚੇ ਸੀ ਕਹਿ ਰਹੇ ਨੇ, ਸੀ ਇਸਦਾ ਰਾਈਟ ਆਂਸਰ ਨਹੀਂ ਬਣਦਾ ਬਈ। ਬੰਦੀ ਬੰਦੀ ਜੀਵਨ, ਬੰਦੀ ਜੀਵਨ ਲਿਖੀ ਹੋਈ ਹੈ ਸਚਿੰਦਰ ਨਾਥ ਸਾਨਿਆਲ ਦੀ। ਸੰਦੀਪ ਕੌਰ ਸੰਧਵਾ ਨੇ ਜਿਹੜਾ ਆਂਸਰ ਦਿੱਤਾ ਸੀ ਉਹ ਕੀ ਹੈ ਬਈ? ਬਿਲਕੁਲ ਰਾਈਟ ਆਂਸਰ ਹੈ ਡੀ ਆਪਸ਼ਨ, ਸਾਡਾ ਕੀ ਰਹੇਗਾ? ਬਿਲਕੁਲ ਰਾਈਟ ਆਂਸਰ ਹੈ। ਨੈਕਸਟ ਹੈ ਵੀ ਟੋਡਰਮੱਲ ਸੰਬੰਧਿਤ ਹੈ। ਟੋਡਰਮੱਲ ਇਸ ਐਸੋਸੀਏਟਡ ਵਿਦ ਕਾਨੂੰਨਾਂ ਦੇ ਨਾਲ, ਮਾਲਗੁਜ਼ਾਰੀ ਸੁਧਾਰਾਂ ਦੇ ਨਾਲ, ਸਾਹਿਤ ਦੇ ਨਾਲ, ਸੰਗੀਤ ਦੇ ਨਾਲ। ਬਈ ਅਕਬਰ ਦੇ ਜਿਹੜੇ ਨੌ ਰਤਨ ਸੀ ਉਹਨਾਂ ਦੇ ਵਿੱਚੋਂ ਇੱਕ ਕੌਣ ਸੀਗਾ? ਇਹ ਟੋਡਰਮੱਲ ਸੀਗਾ। ਇਸਨੇ ਕੀ ਕੀਤਾ ਸੀਗਾ? 10 ਸਾਲਾ, ਠੀਕ ਹੈ ਜੀ, 10 ਸਾਲਾ ਪ੍ਰਣਾਲੀ ਲਾਗੂ ਕੀਤੀ ਸੀਗੀ ਭਾਰਤ ਦੇ ਵਿੱਚ, ਠੀਕ ਹੈ। ਤੇ ਇਹ ਕਾਹਦੇ ਨਾਲ ਰਿਲੇਟਡ ਆ ਫਿਰ ਜਲਦੀ ਜਲਦੀ ਕਮੈਂਟ ਕਰਕੇ ਦੱਸ ਦਿਓ। ਬਈ ਜਿਹੜੇ ਬੱਚਿਆਂ ਨੇ ਹਜੇ ਤੱਕ ਕਲਾਸ ਨੂੰ ਲਾਈਕ ਨਹੀਂ ਕੀਤਾ, ਲਾਈਕ ਜ਼ਰੂਰ ਕਰ ਦਿਓ ਜੀ। ਟੋਡਰਮੱਲ ਕਿਹੜੀ ਵਿਵਸਥਾ ਦੇ ਨਾਲ ਸੰਬੰਧਿਤ ਹੈ? ਤਾਂ ਮਾਲ ਗੁਜ਼ਾਰੀ ਵਿਵਸਥਾ ਦੇ ਨਾਲ ਸੰਬੰਧਿਤ ਹੈ ਬੱਚੇ। ਬੀ ਆਪਸ਼ਨ ਸਾਡਾ ਕੀ ਰਹੇਗਾ? ਬਿਲਕੁਲ ਰਾਈਟ ਆਂਸਰ ਰਹੇਗਾ ਬੱਚੇ। ਹਾਂਜੀ ਹਾਂਜੀ, ਬੀ ਆਪਸ਼ਨ ਸਾਡਾ ਕੀ ਰਹਿਣ ਵਾਲਾ? ਬਿਲਕੁਲ ਰਾਈਟ ਆਂਸਰ ਰਹਿਣ ਵਾਲਾ। ਅੱਜ ਦਾ ਲਾਸਟ ਕੁਐਸਚਨ ਹੈ ਬੱਚੇ, ਹੇਠ ਦਿੱਤਿਆਂ ਵਿੱਚੋਂ ਕਿਸ ਇੱਕ ਸੰਸਥਾਨ ਨੂੰ ਕਬਰਸਥਾਨ ਸੰਸਕ੍ਰਿਤੀ ਦੇ ਸਬੂਤ ਮਿਲੇ ਨੇ? ਇਨ ਵਿੱਚ ਆਫ ਦਾ ਫਾਲੋਇੰਗ ਪਲੇਸ ਹੈਜ਼ ਐਵੀਡੈਂਸ ਵਿਰਲ ਕਲਚਰ ਬੀਨ ਫਾਊਂਡ? ਚੌਂਦੜੋ ਤੋਂ ਮਿਲੇ ਨੇ, ਹੜੱਪਾ ਤੋਂ ਮਿਲੇ ਨੇ, ਮੋਹਨ ਜਦਾੜੋ ਤੋਂ ਮਿਲੇ ਨੇ, ਕਾਲੀਬੰਗਾ ਤੋਂ ਮਿਲੇ ਨੇ? ਕਰੋ ਵੀ ਕਮੈਂਟ ਕੀ ਆਏਗਾ ਇਸਦਾ ਰਾਈਟ ਆਂਸਰ। ਹੇਠ ਦਿੱਤਿਆਂ ਵਿੱਚੋਂ ਕਿਸ ਇੱਕ ਸਥਾਨ ਤੇ ਕਬਰਸਥਾਨ ਸੰਸਕ੍ਰਿਤੀ ਦੇ ਸਬੂਤ ਮਿਲੇ ਨੇ? ਇਨ ਵਿੱਚ ਆਫ ਦਾ ਫਾਲੋਇੰਗ ਪਲੇਸ ਹੈਜ਼ ਬੀਨ ਐਵੀਡੈਂਸ ਬਰੇਲ ਕਲਚਰ ਬੀਨ ਫਾਊਂਡ? R37 ਮਿਲੀ ਹੈ, ਬਿਲਕੁਲ ਜੀ ਬਿਲਕੁਲ, R37 ਮਿਲੀ ਹੈ। ਕਿੱਥੋਂ ਮਿਲੀ ਹੈ? ਤਾਂ ਹੜੱਪਾ ਤੋਂ ਮਿਲੀ ਹੈ ਬਈ। ਹੜੱਪਾ ਦੇ ਵਿੱਚ ਸਾਨੂੰ ਕਬਰਾਂ ਮਿਲੀਆਂ ਨੇ, ਜਦੋਂ ਕਿ ਮੋਹਨ ਜਦਾੜੋ ਦੇ ਵਿੱਚ ਇੱਕ ਵੀ ਕਬਰ ਜਿਹੜੀ ਹੈ ਸਾਨੂੰ ਦੇਖਣ ਨੂੰ ਨਹੀਂ ਮਿਲਦੀ। ਬੀ ਆਪਸ਼ਨ ਸਾਡਾ ਕੀ ਰਹੇਗਾ? ਬਿਲਕੁਲ ਰਾਈਟ ਆਂਸਰ ਰਹੇਗਾ। ਇਹ ਸੀਗੇ ਬੱਚੇ ਸਾਡੇ ਅੱਜ ਦੇ ਕੁਛ ਕੁਐਸਚਨ, ਠੀਕ ਹੈ ਜੀ। ਬਈ ਟੈਟ ਬਜ਼ਰ ਅਕੈਡਮੀ ਤੁਹਾਡੇ ਵਾਸਤੇ ਵੇਰੀਅਸ ਪ੍ਰਕਾਰ ਦੇ ਕੋਰਸਿਸ ਲੈ ਕੇ ਆਈ ਹੈ, ਜਿਵੇਂ ਕਿ ਪੰਜਾਬ ਪਟਵਾਰੀ ਹੈ, ਆਰਟ ਐਂਡ ਕ੍ਰਾਫਟ ਹੈ, ਚੰਡੀਗੜ੍ਹ JVT ਹੈ ਬੱਚੇ, ਪੰਜਾਬ ਪੁਲਿਸ ਹੈ, ਮਾਸਟਰ ਕਾਡਰ ਲੈਕਚਰਰ ਕਾਡਰ ਹੈ, ਐਂਟੀਟੀ ਜੋਬਸ ਹੈ, PS TET 2 ਹੈ, PS TET 1 ਹੈ ਤੇ ETT ਕਾਡਰ ਹੈ। ਬਈ ਆਨਲਾਈਨ ਕੋਚਿੰਗ ਇਸਦੀ ਅਵੇਲੇਬਲ ਹੈ, ਤੁਸੀਂ ਜੁਆਇਨ ਕਰ ਸਕਦੇ ਹੋ। ਕੁਛ ਕਿਸੇ ਪ੍ਰਕਾਰ ਦੀ ਕੋਈ ਵੀ ਜਾਣਕਾਰੀ ਲੈਣੀ ਹੈ 9750500 ਤੇ ਸਾਨੂੰ ਮੈਸੇਜ ਕਰ ਸਕਦੇ ਹੋ, ਸਾਡੇ ਨਾਲ ਜੁੜ ਸਕਦੇ ਹੋ। ਬਈ ਸਾਨੂੰ ਇੰਸਟਾ ਸਾਰੇ ਚਲਾਉਂਦੇ ਨੇ, ਇੰਸਟਾਗ੍ਰਾਮ ਤੇ ਵੀ ਫੋਲੋ ਕਰ ਸਕਦੇ ਹੋ @TechSpaceBuzzer ਦੇ ਕੇ, ਇਸਦੇ ਉੱਪਰ ਸਾਨੂੰ ਪੇਜ ਨੂੰ ਫੋਲੋ ਕਰ ਸਕਦੇ ਹੋ। ਲੇਟੈਸਟ ਅਪਡੇਟ ਜਿਹੜੀ ਹੈ, ਕੱਲ ਹੋਲੀਡੇ ਹੈ ਬਈ ਦਵਿੰਦਰ ਜੀ, ਕੱਲ ਹੋਲੀਡੇ ਹੈ, ਡੇਲੀ ਕਵਿਜ਼ ਆਉਂਦਾ ਹੈ। ਕਿਸੇ ਪ੍ਰਕਾਰ ਦੀ ਕੋਈ ਵੀ ਜਾਣਕਾਰੀ ਲੈਣੀ ਹੈ 9750500 ਤੇ ਮੈਸੇਜ ਕਰ ਸਕਦੇ ਹੋ, ਸਾਡੇ ਨਾਲ ਜੁੜ ਸਕਦੇ ਹੋ। ਥੈਂਕ ਯੂ ਵੈਰੀ ਮੱਚ ਬੱਚੇ, ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਹਜੇ ਤੱਕ ਕਲਾਸ ਨੂੰ ਲਾਈਕ ਨਹੀਂ ਕੀਤਾ, ਲਾਈਕ ਕਰ ਦਿਓ ਜੀ, ਠੀਕ ਹੈ ਬਈ, ਥੈਂਕ ਯੂ ਵੈਰੀ ਮੱਚ। ਨਹੀਂ ਬਈ, ਸੰਡੇ ਕਲਾਸ ਨਹੀਂ ਲੱਗਦੀ ਆਪਣੀ। ਥੈਂਕ ਯੂ ਵੈਰੀ।